ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 26-27 ਤਰੀਕ ਤੋਂ ਲੈ ਕੇ ਲਗਾਤਾਰ ਹੁਣ ਤੱਕ ਜਿਹੜਾ ਦਿੱਲੀ ਦੇ ਵੱਖ ਵੱਖ ਬਾਰਡਰਾਂ ਦੇ ਉੱਤੇ ਜਿਹੜਾ ਵਾ ਸਮੁੱਚੇ ਭਾਰਤ ਦੇ ਕਿਸਾਨਾਂ ਵੱਲੋਂ ਜਿਹੜਾ ਵਾ ਧਰਨਾ ਦਿੱਤਾ ਜਾ ਰਿਹਾ ਵਾ ਅਣਮਿੱਥੇ ਸਮੇਂ ਲਈ। ਇਸ ਵਕਤ ਆਪਾਂ ਕੁੰਡਲੀ ਬਾਰਡਰ ਤੋਂ ਆਪ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਕਿਉਂਕਿ ਜਿੰਨੇ ਵੀ ਆਪਣੇ ਪੰਜਾਬ ਤੋਂ ਆਏ ਨੇ ਵੀਰ ਬਹੁਤਾਤ ਗਿਣਤੀ 'ਚ, ਭਾਵੇਂ ਸਾਰਿਆਂ ਬਾਰਡਰਾਂ 'ਤੇ ਬਹੁਤ ਵੱਡੇ ਪੱਧਰ 'ਤੇ ਇਕੱਠ ਵਾ, ਪਰ ਸਭ ਤੋਂ ਵੱਡਾ ਇਕੱਠ ਜਿਹੜਾ ਵਾ ਕੁੰਡਲੀ ਬਾਰਡਰ 'ਤੇ ਆ, ਅਤੇ ਇੱਥੇ ਸਾਰੇ ਬੁਲਾਰੇ ਆਪਣੇ ਆਪਣੇ ਵਿਚਾਰ ਜਿਹੜੇ ਆ ਉਹ ਪੇਸ਼ ਕਰ ਚੁੱਕੇ ਆ, ਅਤੇ ਸਾਰੇ ਬਾਰਡਰਾਂ 'ਤੇ ਸਾਡੇ ਵੀਰਾਂ ਨੇ ਬਹੁਤ ਸੋਹਣਾ ਯੋਗ ਪ੍ਰਬੰਧ ਕੀਤਾ ਹੋਇਆ। ਸਭ ਤੋਂ ਵੱਡੀ ਹੈਰਾਨੀਜਨਕ ਗੱਲ ਇਹ ਆ ਕਿ ਜਿੰਨਾ ਵੀ ਇੱਥੇ ਮੀਡੀਆ ਆਣ ਕੇ ਗੱਲਬਾਤ ਕਰਦਾ ਵਾ, ਖਾਸ ਕਰਕੇ ਜਿਹੜਾ ਗੋਦੀ ਮੀਡੀਆ ਵਾ ਉਹਦੇ ਨਾਲ ਤਾਂ ਗੱਲਬਾਤ ਕਰਨ ਤੋਂ ਸਾਰੇ ਗਰੇਜ ਕਰਦੇ ਆ, ਕਿਉਂਕਿ ਉਹ ਤਾਂ ਪਤਾ ਸਾਰਿਆਂ ਨੂੰ ਵੀ ਮੋਦੀ ਦੀ ਗੋਦ ਵਿੱਚੋਂ ਉੱਠਿਆ ਹੋਇਆ ਮੀਡੀਆ ਵਾ, ਉਹਦੀ ਹੀ ਗੱਲਬਾਤ ਕਰਨੀ ਉਹਨੇ, ਭਾਵੇਂ ਜਿੰਨਾ ਮਰਜ਼ੀ ਅਸੀਂ ਚੰਗਾ ਕੰਮ ਕਰ ਲਈਏ ਉਹਨਾਂ ਨੇ ਉਹਨੂੰ ਨੈਗੇਟਿਵ ਹੀ ਜਿਹੜਾ ਵਾ ਉਹ ਪੇਸ਼ ਕਰਨਾ ਵਾ। ਪਰ ਜਿਹੜਾ ਆਪਣਾ ਸੋਸ਼ਲ ਮੀਡੀਆ ਜਿਹੜੇ ਲੋਕਲ ਛੋਟੇ ਛੋਟੇ ਚੈਨਲ ਵਾ, ਜਦੋਂ ਉਹ ਆਣ ਕੇ ਆਪਣੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਦੇ ਆ, ਤਾਂ ਉਹ ਸਭ ਤੋਂ ਵੱਡਾ ਸਵਾਲ ਇਹ ਪੁੱਛਦੇ ਆ ਵੀ ਇੰਨਾ ਪ੍ਰਬੰਧ ਤੁਸੀਂ ਕਿੱਦਾਂ ਕਰ ਰਹੇ ਹੋ ਕਿ ਇੱਥੇ ਦੁੱਧ ਵੀ ਆ ਰਿਹਾ ਵਾ, ਸਬਜ਼ੀਆਂ ਬਣ ਰਹੀਆਂ ਵਾ, ਖੀਰਾਂ ਬਣ ਰਹੀਆਂ ਵਾ, ਅਤੇ ਮਤਲਬ ਇੰਨਾ ਸੋਹਣਾ ਪ੍ਰਬੰਧ ਤੁਸੀਂ ਕਿੱਦਾਂ ਚਲਾ ਰਹੇ ਹੋ। ਨਹੀਂ ਤਾਂ ਆਮ ਕਰਕੇ ਬੰਦਾ ਘਰੋਂ ਇੱਕ ਵਾਰੀ ਬਾਹਰ ਨਿਕਲੇ ਅਤੇ ਉਹਨੂੰ ਰਾਸ਼ਨ ਦਾ ਫਿਕਰ ਪੈ ਜਾਂਦਾ ਵੀ ਮੈਂ ਕੀ ਕਰਾਂਗਾ, ਅਤੇ ਇੱਥੇ ਵੇਖਣ ਵਾਲੀ ਗੱਲ ਆ ਕਿ ਇੱਥੇ ਲੰਗਰ ਲੱਗੇ ਹੋਏ ਆ, ਖੀਰਾਂ ਦੇ ਹਰ ਇੱਕ ਚੀਜ਼, ਮਤਲਬ ਕਹਿਣ ਦਾ ਭਾਵ ਆ ਵੀ ਜਿਹੜਾ ਇੱਥੇ ਪਾਣੀ ਜਿਹੜਾ ਆਪਾਂ ਬਿਸਲੇ ਦੀ ਬੋਤਲ ਲੈਂਦੇ ਹਾਂ 20-25 ਰੁਪਏ ਦੀ ਬੋਤਲ, ਢਾਂਕਾਂ ਲੱਗੀਆਂ ਪਈਆਂ ਹੋਈਆਂ ਨੇ, ਮਤਲਬ ਇਹ ਦੇਸ਼ਾਂ ਵਿਦੇਸ਼ਾਂ 'ਚੋਂ ਹਰ ਵਰਗ ਦੇ ਵੀਰ ਨੇ ਜਿਹੜੀ ਆ ਮਤਲਬ ਦਿਲ ਖੋਲ੍ਹ ਕੇ ਆਪਣੇ ਕਿਸਾਨ ਭਰਾਵਾਂ ਦੀ ਹੈਲਪ ਕੀਤੀ ਆ, ਮਦਦ ਕੀਤੀ ਆ ਵੀ ਜੇ ਉਹ ਭਰਾ ਸਾਡੇ ਇੱਥੇ ਪਹੁੰਚਿਆ ਤਾਂ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਾ ਰਹੇ। ਮਤਲਬ ਹਰ ਪੱਖੋਂ ਇੱਥੇ ਬਦਾਮ ਤੱਕ, ਛੁਹਾਰੇ ਤੱਕ, ਮਤਲਬ ਜਿਹੜਾ ਵਾ ਡਰਾਈ ਫਰੂਟ ਤੱਕ ਅਗਲਿਆਂ ਵਰਤਾ ਤਾ, ਅਤੇ ਮੂੰਹ ਟੱਡੇ ਰਹਿ ਗਏ ਆ। ਸਭ ਤੋਂ ਵੱਡੀ ਗੱਲ ਆ ਵੀ ਸਿੱਖਾਂ ਦਾ ਜਿਹੜਾ ਅਕਸ਼ ਪੇਸ਼ ਕੀਤਾ ਗਿਆ ਸੀ ਅੱਜ ਤੱਕ, ਵੇਖੋ ਇਹ 'ਚੋਂ ਕੱਢਣਾ ਪਾਉਣਾ ਇਹ ਬਾਅਦ ਦੀਆਂ ਗੱਲਾਂ ਵੀ ਕੀ ਨਿਕਲਦਾ ਕੀ ਨਹੀਂ ਨਿਕਲਦਾ। ਸਭ ਤੋਂ ਵੱਡੀ ਗੱਲ ਆ ਜਿਹੜਾ ਅਕਸ਼ ਸਿੱਖਾਂ ਦਾ ਪੇਸ਼ ਕੀਤਾ ਗਿਆ ਸੀ ਵੀ ਇਹ ਉਗਰਵਾਦੀ ਆ, ਇਹ ਟੈਰਰਿਸਟ ਵਾ, ਮਤਲਬ ਇੱਥੇ ਹਿੰਦੂ ਲੜਕੀਆਂ ਵੀ ਆਣ ਕੇ ਸੇਵਾ ਕਰਾ ਰਹੀਆਂ ਸਾਡੇ ਨਾਲ। ਇੱਕ ਜਦੋਂ ਅਸੀਂ ਉੱਥੇ ਕੈਂਪ ਦੀ ਜਦੋਂ ਸਾਡੇ ਮੈਡੀਸਨ ਦਿੰਦੇ ਆ ਸਾਡੇ ਮਰੀਜ਼ਾਂ ਨੂੰ ਜਿਹੜੇ ਆਉਂਦੇ ਸਾਡੇ ਉੱਥੇ ਵੀਰ ਭਰਾ, ਸਭ ਤੋਂ ਵੱਡੀ ਗੱਲ ਆ ਵੀ ਹਿੰਦੂ ਲੜਕੀਆਂ ਵੀ ਆ ਰਹੀਆਂ ਨੇ, ਉਹ ਵੀ ਆਣ ਕੇ ਸੇਵਾਵਾਂ ਕਰ ਰਹੀਆਂ ਨੇ, ਅਤੇ ਇਹ ਤੋਂ ਪਤਾ ਲੱਗਦਾ ਵੀ ਉਹਨਾਂ ਅੰਦਰ ਕਿੰਨਾ ਜੋਸ਼ ਆ, ਅਤੇ ਉਹਨਾਂ ਉਹ ਜਿਹੜਾ ਸਿੱਖਾਂ ਦਾ ਜਿਹੜਾ ਉਹਨਾਂ ਸਾਹਮਣੇ ਰੂਪ ਪੇਸ਼ ਕੀਤਾ ਜਾ ਰਿਹਾ ਸੀ ਉਹ ਗਲਤ ਪੇਸ਼ ਕੀਤਾ ਜਾ ਰਿਹਾ, ਜਦੋਂ ਉਹਨਾਂ ਨੇ ਆਪਣੇ ਅੱਖੀਂ ਵੇਖਿਆ ਵਾ। ਕਿਉਂਕਿ ਜਿੰਨਾ ਮਰਜ਼ੀ ਤੁਸੀਂ ਬਦਨਾਮ ਕਰ ਲਓ, ਪਰ ਜਿਹੜਾ ਸੱਚ ਆ ਉਹ ਤਾਂ ਸੱਚ ਰਹਿਣਾ। ਤੁਸੀਂ ਵੇਖੋ ਵੀ ਜੇ ਕਿਤੇ ਇਹੋ ਜਿਹੇ ਧਰਨੇ ਪੰਜਾਬ ਵਿੱਚ ਦੂਜੀਆਂ ਕਿਸੇ ਵੱਲੋਂ ਲੱਗੇ ਹੁੰਦੇ ਤਾਂ ਸ਼ਾਇਦ ਲਾਗੇ ਚੋਰੀ ਕਈ ਕੁਝ ਹੁੰਦਾ, ਪਰ ਇੱਥੇ ਕਮਾਲ ਦੀ ਗੱਲ ਤੁਸੀਂ ਵੇਖੋ ਵੀ ਲਗਾਤਾਰ ਅਸੀਂ 26 ਤਰੀਕ ਤੋਂ ਇੱਥੇ ਵੇਖ ਰਹੇ ਹਾਂ ਹੁਣ ਤੱਕ, ਅੱਜ ਤੁਸੀਂ ਵੇਖੋ ਵੀ 5 ਤਰੀਕ ਹੋ ਗਈ ਹੈ, 26 ਤਰੀਕ 26 ਨਵੰਬਰ ਤੋਂ ਲੈ ਕੇ 5 ਤਰੀਕ ਤੱਕ ਕੋਈ ਦੱਸੇ ਵੀ ਇੱਥੇ ਲਾਗੇ ਚੋਰੀ ਹੋਈ ਨਾ, ਇੱਥੇ ਬੜੇ ਜ਼ਾਬਤੇ ਦੇ ਵਿੱਚ ਕੋਈ ਕਿਸੇ ਨੌਜਵਾਨ ਨੇ ਕੋਈ ਗਲਤ ਹਰਕਤ ਨਹੀਂ ਕੀਤੀ, ਸਗੋਂ ਜਿਹੜੇ ਲੜਕੇ ਲੜਕੀਆਂ ਸਰਕਾਰ ਵੱਲੋਂ ਛੱਡੇ ਵੀ ਗਏ ਸੀ ਇੱਥੇ ਇੱਥੋਂ ਦੀ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਜਾਂ ਬਦਨਾਮ ਕਰਨ ਵਾਸਤੇ, ਉਹ ਵੀ ਫੜ ਕੇ ਅਤੇ ਪੁਲਿਸ ਨੂੰ ਫੜਾ ਦਿੱਤੇ ਗਏ ਆ, ਅਤੇ ਬਹੁਤ ਨੌਜਵਾਨ ਸੰਜਮ ਦੇ ਨਾਲ ਜਿਹੜੇ ਜਿੰਨੇ ਵੀ ਟਰੈਕਟਰ ਇੱਥੇ ਆ ਰਹੇ ਆ ਤੁਸੀਂ ਵੇਖੋ ਸਾਰਿਆਂ ਉੱਤੇ ਜਿਹੜੇ ਸਿੱਖਾਂ ਦੇ ਹੱਕਾਂ ਪ੍ਰਤੀ ਗਾਣੇ ਲੱਗੇ ਹੋਏ ਆ, ਚੜ੍ਹਦੀ ਕਲਾ ਵਾਲੇ ਗਾਣੇ ਲੱਗੇ ਹੋਏ ਆ, ਆਪਣੇ ਹੱਕ ਮੰਗਣ ਵਾਲੇ ਗਾਣੇ ਲੱਗੇ ਹੋਏ ਆ, ਮਤਲਬ ਇੱਕ ਵਾਰੀ ਇੰਜ ਲੱਗਦਾ ਜਿਵੇਂ ਇੱਕ ਪੰਜਾਬ ਵੱਸ ਗਿਆ ਹੋਵੇ ਇੱਥੇ ਬਾਰਡਰ ਦੇ ਉੱਤੇ, ਅਤੇ ਪੂਰਾ ਮਾਹੌਲ ਉੱਦਾਂ ਦਾ ਬਣਿਆ ਪਿਆ ਵਾ, ਕਿਸੇ ਨੂੰ ਮਹਿਸੂਸ ਨਹੀਂ ਹੋ ਰਿਹਾ ਘਰੋਂ ਬਾਹਰ ਆਏ ਆ। ਤੁਹਾਨੂੰ ਪਤਾ ਜਦੋਂ ਬੰਦਾ ਘਰੋਂ ਬਾਹਰ ਨਿਕਲਦਾ ਉਹਨੂੰ ਕਈ ਗੱਲਾਂ ਦੀ ਮੁਸ਼ਕਿਲ ਆਉਂਦੀ ਆ, ਕੱਪੜੇ ਦੀ ਆ, ਤੁਹਾਨੂੰ ਵਿਖਾਉਂਦੇ ਆ ਤੁਸੀਂ ਵੇਖੋ ਕਿੱਦਾਂ ਸਾਡੇ ਵੀਰ ਕੱਪੜੇ ਧੋ ਰਹੇ ਆ, ਕੋਈ ਸੁੱਕਣੇ ਪਾ ਰਿਹਾ, ਕੋਈ ਨਹਾ ਰਿਹਾ, ਪੈਟਰੋਲ ਪੰਪਾਂ 'ਤੇ ਇਸ਼ਨਾਨ ਕਰੀ ਜਾਂਦੇ ਆ, ਇੱਥੇ ਨਾਲ ਪਾਣੀ ਦੇ ਟੈਂਕਰ ਨਾਲ ਲਿਆਉਂਦੇ ਹੋਏ ਆ, ਮੈਡੀਸਨ ਹਰ ਪੱਖੋਂ, ਮਤਲਬ ਕਹਿਣ ਦਾ ਭਾਵ ਆ ਕਿ ਵਿਦੇਸ਼ੀ ਵੀਰ ਸਾਡੇ ਸਾਨੂੰ ਪੁੱਛਦੇ ਆ ਵੀ ਉੱਥੇ ਕਿੱਦਾਂ ਦਾ ਪ੍ਰਬੰਧ ਹੋ ਰਿਹਾ, ਅਤੇ ਦਿਲ ਖੋਲ੍ਹ ਕੇ ਉਹਨਾਂ ਨੇ ਵੀ ਮਤਲਬ ਹੈਲਪ ਕੀਤੀ, ਆਪਣੇ ਪਿੰਡਾਂ 'ਚ ਉਹਨਾਂ ਨੇ ਫੰਡ ਭੇਜਿਆ ਵੀ ਤੁਸੀਂ ਇੱਥੋਂ ਕਿਸੇ ਮਤਲਬ ਪਿੰਨੀਆਂ ਭੇਜ ਕੇ ਜਿਹੜੀਆਂ ਅਲਸੀ ਦੀਆਂ ਵੀ ਤਾਂ ਕਿ ਇੱਥੇ ਵੀਰਾਂ ਨੂੰ ਠੰਡ ਨਾ ਲੱਗੇ, ਕੁਝ ਵੀ ਜਿੱਥੇ ਵੀ ਕਿਸੇ ਨੂੰ ਮਤਲਬ ਸਮਾਂ ਮਿਲਦਾ ਰਾਤ ਨੂੰ ਰੈਸਟ ਕਰਨ ਦਾ, ਕੋਈ ਟਰਾਲੀ ਸੌਂ ਜਾਂਦਾ ਕਿਸੇ ਨੇ ਲਾਗੇ, ਕੋਈ ਮਾੜਾ ਮੋਟਾ ਰੂਮ ਲਿਆ, ਕੋਈ ਰੋਡ 'ਤੇ ਲੰਮਾ ਪੈ ਜਾਂਦਾ ਵਾ, ਕੋਈ ਆਪਣੇ ਦੁਕਾਨਾਂ ਦੇ ਬਾਹਰ ਜਿੱਥੇ ਵੀ ਮਾੜੇ ਮਾੜੇ ਸ਼ਟਰ ਅੱਗੇ ਆ ਜਿੱਥੇ ਕੋਈ ਜਗ੍ਹਾ ਮਿਲਦੀ ਉੱਥੇ ਸੌਂ ਜਾਂਦਾ। ਤਾਂ ਸਭ ਤੋਂ ਵੱਡੀ ਗੱਲ ਆ ਵੀ ਇਹ ਸਾਡੇ ਵਾਸਤੇ ਕਿ ਜਿਹੜਾ ਸਿੱਖਾਂ ਦਾ ਅਕਸ਼ ਪੇਸ਼ ਕੀਤਾ ਗਿਆ ਸੀ ਜਾਂ ਫਿਲਮਾਂ 'ਚ ਜਿੱਥੇ ਵੀ ਹੱਸਣਾ ਹੁੰਦਾ ਸੀ ਉੱਥੇ ਉਹ ਸਿੱਖ ਦਾ ਰੋਲ ਦਿੱਤਾ ਜਾਂਦਾ ਵੀ ਸਿੱਖ ਜਿੱਥੇ ਮਜ਼ਾਕ ਵਾਲਾ ਪਾਤਰ ਪੇਸ਼ ਕਰਨਾ, ਪਰ ਅੱਖੀਂ ਵੇਖ ਲਿਆ ਲੋਕਾਂ ਨੇ ਵੀ ਕਮਾਲ ਦੀ ਗੱਲ ਆ, ਇੱਥੇ ਕਿੰਨੇ ਲੋਕ ਆਣ ਕੇ ਲੰਗਰ ਪਾਣੀ ਛਕ ਰਹੇ ਆ, ਅਤੇ ਇਹ ਇੱਕ ਲੋੜ ਵੀ ਆ ਕਿਉਂਕਿ ਇਹਦੇ ਨਾਲ ਇੱਕ ਮਹਿਸੂਸ ਹੋ ਰਿਹਾ ਵੀ ਵੇਖੋ ਇਕੱਲੇ ਪੰਜਾਬ 'ਚੋਂ ਆਵਾਜ਼ ਉੱਠੀ ਬਾਕੀ ਸਟੇਟਾਂ ਜਾਣ ਪੈ ਗਈ। ਤੁਸੀਂ ਦੇਖੋ ਪੰਜਾਬ ਤੋਂ ਬਾਅਦ ਹਰਿਆਣਾ, ਅੱਜ ਹਰਿਆਣਾ ਮਾਣ ਮਹਿਸੂਸ ਕਰਦਾ। ਸਭ ਤੋਂ ਤੁਹਾਡੇ ਵਾਸਤੇ ਖੁਸ਼ੀ ਦੀ ਗੱਲ ਇੱਕ ਹੋਰ ਦੱਸੀਏ ਕਿ ਜਿੰਨੀ ਵੀ ਸਾਡੇ ਇੱਥੇ ਹਰਿਆਣੇ ਵੀਰਾਂ ਨਾਲ ਗੱਲਬਾਤ ਹੋਈ ਆ, ਜਿੰਨੇ ਇਸ ਵਕਤ ਕੁੰਡਲੀਆ ਬਾਰਡਰ ਦੇ ਲਾਗੇ ਲਾਗੇ ਪਿੰਡ ਆ, ਕੋਈ ਦੁੱਧ ਮੁੱਲ ਨਹੀਂ ਵੇਚ ਰਿਹਾ ਇਹਨਾਂ ਦਿਨਾਂ 'ਚ।
ਉਹ ਆਪ ਕਹਿੰਦੇ ਵੀ ਅਸੀਂ ਆਪਣੇ ਪਿੰਡਾਂ 'ਚ ਏਕਾ ਕੀਤਾ ਵੀ ਸਾਰਾ ਦੁੱਧ ਅਸੀਂ ਇਸ ਮੋਰਚੇ ਵਿੱਚ ਭੇਜਣਾ ਤੇ ਦੁੱਧ ਦੇ ਲੰਗਰ ਲੱਗੇ ਹੋਏ ਇੱਥੇ, ਕੋਈ ਦੁੱਧ ਪੀਵੇ, ਕੋਈ ਚਾਹ ਪੀਵੇ, ਕੋਈ ਕੌਫੀ ਪੀਵੇ, ਮਤਲਬ ਕਮਾਲ ਦੀ ਗੱਲ ਤੁਸੀਂ ਵੇਖੋ। ਜਿਹੜੇ ਬੰਦਾ ਘਰੋਂ ਬਾਹਰ ਜਾਂਦਾ ਬੰਦੇ ਨੂੰ ਰੋਟੀ ਦੇ ਲਾਲੇ ਪੈਣ ਦੇ ਵੀ ਮੈਂ ਰੋਟੀ ਕਿੱਦਾਂ ਖਾਵਾਂਗਾ, ਤੋ ਇਹ ਸਿੱਖੀ ਦੀ ਚੜ੍ਹਦੀ ਕਲਾ ਵਾ, ਗੁਰੂ ਬਖਸ਼ਿਸ਼ ਕਰੇ। ਠੀਕ ਹੈ, ਇਹਦੇ ਨਾਲ ਇਹ ਜਿਹੜਾ ਇੱਕ ਪਤਾ ਲੱਗ ਗਿਆ ਕਿ ਇੱਕ ਪੰਜਾਬ ਵਿੱਚੋਂ ਆਵਾਜ਼ ਉੱਠਣ ਦੇ ਨਾਲ ਬਾਕੀ ਸਟੇਟਾਂ ਵਿੱਚ ਵੀ ਜਾਣ ਪਈ। ਤੁਸੀਂ ਵੇਖੋ ਕਿੰਨੀਆਂ ਸਟੇਟਾਂ, ਭਾਵੇਂ ਉਹ 'ਚ ਰਾਜਸਥਾਨ ਦੀ ਜੇ ਆਪਾਂ ਗੱਲ ਕਰੀਏ, ਵੇਖੋ ਕੱਲ੍ਹ ਰਾਜਸਥਾਨ ਦੇ ਇੱਕ ਬੁਲਾਰੇ ਨੂੰ ਪੁੱਛਿਆ ਗਿਆ ਕਿ ਇਹ ਇਹਨਾਂ ਸਿੱਖਾਂ ਬਾਰੇ ਜਾਂ ਇਹਨਾਂ ਕਿਸਾਨਾਂ ਬਾਰੇ ਕਿਹਾ ਜਾ ਰਿਹਾ ਵੀ ਇਹ ਉਗਰਵਾਦੀ ਆ, ਇਹ ਖਾਲਿਸਤਾਨੀ ਆ, ਇਹ ਟੈਰਰਿਸਟ ਵਾ। ਉਹਨਾਂ ਆਖਿਆ ਜੇ ਤੇ ਇਹ ਆਪਣਾ ਹੱਕ ਮੰਗਣ ਵਾਲੇ ਜਿਹੜੇ ਕਿਸਾਨ ਸਾਡੇ ਸਿੱਖ ਭਰਾ, ਜੇ ਇਹ ਖਾਲਿਸਤਾਨੀ ਆ, ਜੇ ਇਹ ਅੱਤਵਾਦੀ ਆ, ਤੇ ਮੈਂ ਆਪਣੇ ਆਪ ਨੂੰ ਵੀ ਖਾਲਿਸਤਾਨੀ ਅਖਵਾਉਣ ਨੂੰ ਤਿਆਰ ਵਾਂ। ਮਤਲਬ ਕਿੱਡੀ ਵੱਡੀ ਗੱਲ ਵਾ ਕਿ ਜਿਹੜਾ ਸਿੱਖਾਂ ਦਾ ਇਹ ਅਕਸ਼ ਪੇਸ਼ ਕੀਤਾ ਜਾ ਰਿਹਾ ਸੀ ਉਹ ਗਲਤ ਸੀ। ਮੀਡੀਆ ਨੂੰ ਪਤਾ ਲੱਗ ਗਿਆ ਕਿ ਭਾਈ ਜੋ ਤੁਸੀਂ ਪੇਸ਼ ਕਰ ਰਹੇ ਹੋ ਨਹੀਂ, ਇੱਥੇ ਵੇਖੋ ਮਸ਼ੀਨਾਂ ਰੋਟੀਆਂ ਪਕਾਉਣ ਵਾਲੀਆਂ ਲੱਗ ਗਈਆਂ ਵਾ, ਦਾਲਾਂ ਬਣ ਰਹੀਆਂ ਵਾ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਭਾਵੇਂ ਕਿ ਅਸੀਂ ਵੇਖ ਰਹੇ ਜਦੋਂ ਅਸੀਂ 25 ਨੂੰ ਉੱਥੇ ਦੁਰਾਏ ਸੀ ਤੇ ਅਸੀਂ ਇਕੱਲੇ ਇਕੱਲੇ ਕਿਸਾਨ ਭਰਾ ਨੂੰ ਪੁੱਛਿਆ ਵੀ ਤੁਸੀਂ ਕਿੰਨਾ ਕੁ ਪ੍ਰਬੰਧ ਕੀਤਾ, ਤਾਂ ਉਹਨਾਂ ਕਿਹਾ ਅਸੀਂ ਬਹੁਤ ਜ਼ਿਆਦਾ ਪ੍ਰਬੰਧ ਨਾਲ ਕਰਕੇ ਲੈ ਕੇ ਜਾ ਰਹੇ ਹਾਂ, ਪਰ ਮੈਨੂੰ ਲੱਗਦਾ ਵੀ ਇੱਥੇ ਲੰਗਰ ਹੀ ਐਡੇ ਵਧੀਆ ਲਾ ਦਿੱਤੇ ਗਏ ਆ ਵੀ ਕਿਸੇ ਕਿਸਾਨ ਭਰਾ ਸਾਡੇ ਨੂੰ ਮੁਸ਼ਕਲ ਨਾ ਆਵੇ। ਉਹਨਾਂ ਧੰਨਵਾਦ ਉਹਨਾਂ ਵਿਦੇਸ਼ੀ ਵੀਰਾਂ ਦਾ ਵੀ ਜਿਹੜੇ ਬੈਠੇ ਬਾਹਰ ਵਾ, ਉਹਨਾਂ ਦੀ ਰੂਹ ਇੱਥੇ ਮੋਰਚੇ ਦੇ ਵਿੱਚ ਵਾ। ਮਤਲਬ ਉਹਨਾਂ ਨੇ ਜਦੋਂ ਸਾਡੀ ਗੱਲਬਾਤ ਹੁੰਦੀ ਲਗਾਤਾਰ ਉਹਨਾਂ ਉਹ ਦੱਸਦੇ ਵੀ ਅਸੀਂ ਬੈਠੇ ਬਾਹਰ ਵਾਂ, ਪਰ ਸਾਨੂੰ ਇੱਥੇ ਮਤਲਬ ਸਾਡੇ ਵਾਸਤੇ ਰਾਤ ਪੈਣਾ ਮੁਸ਼ਕਿਲ ਹੋ ਰਿਹਾ ਸੀ। 24 ਘੰਟੇ ਮੋਬਾਈਲ ਟੀਵੀ ਤੇ ਇੱਥੋਂ ਦੀਆਂ ਨਿਊਜ਼ ਸੁਣ ਰਹੇ ਹਾਂ, ਕਿੱਦਾਂ ਸਾਡੇ ਬਜ਼ੁਰਗ, ਕਿੱਦਾਂ ਸਾਡੀਆਂ ਮਾਈਆਂ, ਕਿੱਦਾਂ ਇੱਥੇ ਲੰਗਰ ਪਕਾ ਰਹੀਆਂ, ਕਿੱਦਾਂ ਸੇਵਾਵਾਂ ਕਰ ਰਹੀਆਂ, ਤੇ ਮੈਨੂੰ ਲੱਗਦਾ ਇੱਥੇ ਕੋਈ ਲੱਗ ਵੀ ਨਹੀਂ ਰਿਹਾ ਮੈਂ ਬਿਮਾਰ ਵਾਂ, ਕਿਉਂਕਿ ਜੋਸ਼ ਹੀ ਇੰਨਾ ਵਾ। ਜਿਹੜਾ ਬਿਮਾਰ ਵਾ ਉਹਦੀ ਬਿਮਾਰੀ ਸਗੋਂ ਲੈ ਗਈ, ਥਕੇਵਾਂ ਲੈ ਗਿਆ। ਤੋ ਇਸ ਕਰਕੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਮਾਣ ਮਹਿਸੂਸ ਕੀਤਾ ਕਿ ਵੇਖੋ ਇੱਕ ਵੱਡਾ ਜਿਹੜਾ ਸਾਡਾ ਪੰਜਾਬ ਭਰਾ ਵਾ ਉਹ ਕਿੱਦਾਂ ਛੋਟੇ ਭਰਾਵਾਂ ਨੂੰ ਨਾਲ ਲੈ ਕੇ ਹਰ ਇੱਕ ਮਾਣ ਮਹਿਸੂਸ ਕਰ ਰਿਹਾ ਕਿ ਇੱਕ ਪੰਜਾਬੀ ਭਰਾ ਸਾਡਾ ਕਿਸਾਨ ਜਿਹੜਾ ਅੱਗੇ ਤੁਰਿਆ, ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਤੁਰੇ ਹੋਏ ਹਾਂ। ਤੇ ਮੇਰੀ ਹੱਥ ਜੋੜ ਕੇ ਬੇਨਤੀ ਆ, ਇਹ ਕੋਈ ਸਿਆਸੀ ਮੁੱਦਾ ਨਹੀਂ ਆ, ਇਹ ਸਾਡਾ ਸਾਂਝਾ ਮੁੱਦਾ ਵਾ, ਇਹ ਮਜ਼ਦੂਰ ਦਾ ਮੁੱਦਾ ਵਾ, ਇਹ ਕਿਸਾਨ ਦਾ ਮੁੱਦਾ ਵਾ, ਇਹ ਹਰ ਦੁਕਾਨਦਾਰ ਹਰ ਬਿਜ਼ਨਸਮੈਨ ਦਾ ਮੁੱਦਾ ਵਾ। ਇਹ ਵੱਡੇ ਘਰਾਣੇ ਛੋਟਿਆਂ ਘਰਾਣਿਆਂ ਨੂੰ ਖਾਣਾ ਚਾਹੁੰਦੇ ਆ, ਤੇ ਇਹ ਮੁੱਦਾ ਸਾਡਾ ਸਾਂਝਾ। ਅਜੇ ਵੀ ਆਪਣੇ ਧੜਿਆਂ ਤੋਂ ਉੱਠ ਕੇ ਆਪਾਂ ਰਲ ਕੇ ਸਾਥ ਦੇਣ ਦੀ ਕੋਸ਼ਿਸ਼, ਅਜੇ ਵੀ ਤੁਹਾਨੂੰ ਵਿਖਾਈਏ ਆ ਕਿੰਨੀਆਂ ਟਰਾਲੀਆਂ ਸਾਡੇ ਲਾਗੇ ਸਵੇਰ ਦੀਆਂ ਲੰਘ ਗਈਆਂ। ਮਤਲਬ ਅਸੀਂ ਸਵੇਰ ਤੇ ਮੈਂ 3 ਵਜੇ ਦਾ ਉੱਠ ਕੇ ਵੇਖ ਰਿਹਾ, 3 ਵਜੇ ਦੀਆਂ ਟਰਾਲੀਆਂ ਚੱਲ ਰਹੀਆਂ, 3 ਵਜੇ ਲਗਾਤਾਰ। ਰਾਤ ਨੂੰ ਠੀਕ ਹੀ ਪਹਿਰੇ ਲੱਗ ਰਹੇ ਆ, ਕੋਈ ਨੌਜਵਾਨ ਮਤਲਬ ਥੱਕ ਨਹੀਂ ਰਿਹਾ, ਕੋਈ ਅੱਖ ਨਹੀਂ ਰਿਹਾ, ਰਾਤ ਨੂੰ ਜਾਗਦੇ ਆ, ਕੋਈ ਅੱਗ ਲਾ ਕੇ ਅੱਗ ਧੂਣੀ ਲਾ ਕੇ ਸੇਕ ਰਿਹਾ। ਮਤਲਬ ਕਹਿਣ ਦਾ ਭਾਵ ਇਹ ਆ ਕਿ ਇੰਜ ਲੱਗਦਾ ਜਿਵੇਂ ਮੇਲਾ ਲੱਗਾ ਹੋਵੇ, ਸਗੋਂ ਅਜੇ ਮੇਲਿਆਂ ਵਿੱਚ ਢਾਣੀਆਂ ਬਣਾ ਕੇ ਨੌਜਵਾਨ ਤੁਰਦਾ, ਇੱਥੇ ਕੋਈ ਢਾਣੀ ਬਣਾ ਕੇ ਨਹੀਂ ਤੁਰਿਆ, ਬੜੇ ਸੰਜਮ ਵਿੱਚ ਬੜੇ ਜਾਬਤੇ ਦੇ ਵਿੱਚ ਰਹਿ ਕੇ ਇੱਥੇ ਇੱਥੋਂ ਦੇ ਜਿਹੜੇ ਲੋਕਲ ਵਸਨੀਕ ਆ ਉਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਆ ਰਹੀ ਇਸ ਧਰਨੇ ਤੋਂ। ਉਹ ਮਾਣ ਮਹਿਸੂਸ ਕਰ ਰਿਹਾ, ਕੱਲ੍ਹ ਅਸੀਂ ਜਦੋਂ ਫਰੂਟ ਵੰਡ ਰਹੇ ਸੀ ਤੇ ਅਸੀਂ ਜਦੋਂ ਦੇ ਰਹੇ ਹੋ ਕਹਿੰਦੇ ਤੁਸੀਂ ਸਾਡੇ ਗੈਸਟ ਜੇ, ਤੁਸੀਂ ਸਾਡੇ ਮਹਿਮਾਨ ਜੇ, ਸਾਡਾ ਫਰਜ਼ ਬਣਦਾ ਤੁਹਾਨੂੰ ਕੁਝ ਦੇਣਾ ਹੈ ਕਿ ਨਹੀਂ। ਅਸੀਂ ਜਿੱਥੇ ਜਾਂਦੇ ਸਾਡਾ ਉੱਥੇ ਪਿੰਡ ਬਣ ਜਾਂਦਾ, ਸਾਡਾ ਉੱਥੇ ਦੇਸ਼ ਬਣ ਜਾਂਦਾ, ਅਸੀਂ ਤੁਹਾਡੇ ਗੈਸਟ ਨਹੀਂ, ਸਾਡਾ ਆਪਣਾ ਘਰ ਵਾ, ਅਸੀਂ ਸਾਰੇ ਸੰਸਾਰ ਨੂੰ ਆਪਣਾ ਘਰ ਮੰਨਦੇ ਹਾਂ। ਕਿਉਂਕਿ ਸਾਡੇ ਗੁਰੂ ਨੇ ਸਾਨੂੰ ਇਹ ਸਿਖਾਇਆ ਵਾ ਕਿ ਜਿੱਥੇ ਗੁਰੂ ਦੀ ਸਿੱਖਿਆ ਜਾ ਕੇ ਵੱਜੇ ਸਾਡੇ ਵਾਸਤੇ ਉਹੀ ਸਾਡਾ ਘਰ ਵਾ, ਕਿਉਂਕਿ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ। ਸਾਡੇ ਵਾਸਤੇ ਸਾਰਾ ਸੰਸਾਰ ਗੁਰੂ ਦਾ ਘਰ ਵਾ, ਤੇ ਅਸੀਂ ਆਪਣੇ ਆਪ ਨੂੰ ਕਦੀ ਇਹ ਮੰਨਦੇ ਹੀ ਨਹੀਂ ਆ ਕਿ ਉੱਥੇ ਸਾਡੇ ਵਾਸਤੇ ਕੋਈ ਉਪਰਾ ਥਾਂ ਵਾ। ਅਸੀਂ ਤਾਂ ਤੁਸੀਂ ਵੇਖ ਲਓ ਇਹ ਉਹ ਕੌਮ ਆ ਜਿਹਨੇ ਮਤਲਬ ਤੁਸੀਂ ਵੇਖੋ ਇਸ ਵਕਤ ਪੰਜਾਬ ਤੋਂ ਆਪਾਂ 250-300 ਕਿਲੋਮੀਟਰ ਦੀ ਦੂਰੀ ਤੇ ਬੈਠੇ ਹਾਂ, ਪਰ ਇੱਥੇ ਪਹੁੰਚ ਕੇ ਵੀ ਤੁਸੀਂ ਵੇਖੋ ਕਿ ਇੱਕ ਆਪਣਾ ਇੱਕ ਵੱਖਰਾ ਪਿੰਡ ਵਸਾ ਲਿਆ ਵਾ ਸਿੱਖਾਂ ਨੇ ਸੋਹਣੇ ਤਰੀਕੇ ਦੇ ਨਾਲ। ਕਹਿਣ ਦਾ ਭਾਵ ਆ ਕਿ ਰੋਡ ਦੇ ਉੱਤੇ ਕਦੀ ਅਸੀਂ ਅੱਜ ਸਵੇਰੇ ਮੈਂ ਉੱਠ ਕੇ ਮਹਿਸੂਸ ਕਰ ਰਿਹਾ ਸੀ, ਸਵੇਰੇ ਗੁਰਬਾਣੀ ਦਾ ਪਾਠ ਕੀਰਤਨ ਚੱਲ ਰਿਹਾ ਸੀ, ਮੈਂ ਕਿਹਾ ਕਦੀ ਕਿਸੇ ਨੇ ਮਹਿਸੂਸ ਕੀਤਾ ਹੋਗਾ ਇਹਨਾਂ ਰੋਡਾਂ ਤੇ ਕਦੀ ਗੁਰਬਾਣੀ ਦਾ ਕੀਰਤਨ ਹੋਏਗਾ, ਕਦੀ ਪਾਠ ਹੋਏਗਾ। ਇੱਥੇ ਬਜ਼ੁਰਗ ਸਾਡੇ ਟਰਾਲੀਆਂ 'ਚ ਬੈਠ ਕੇ ਪਾਠ ਕਰ ਰਹੇ ਆ, ਕੋਈ ਸਾਡੀ ਮਾਈ ਪਾਠ ਕਰ ਰਹੀ ਆ, ਸਵੇਰੇ ਉੱਠ ਕੇ ਸਪੀਕਰਾਂ ਤੇ ਗੁਰਬਾਣੀ ਦਾ ਪਾਠ ਹੋ ਰਿਹਾ, ਨੌਜਵਾਨ ਸਾਡੇ ਬੈਠ ਕੇ ਗੁਰਬਾਣੀ ਪੜ੍ਹ ਰਹੇ ਆ, ਸਿੱਖਿਆ ਸੁਣ ਰਹੇ ਆ। ਤੋ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਆ, ਕਲਾਕਾਰ ਵੀਰਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਇਸ ਵਕਤ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਗਾਣੇ ਲਿਖੇ ਤੇ ਗਾਏ ਆ। ਤੁਸੀਂ ਵੇਖੋ ਕਿੰਨੇ ਗਾਣੇ ਇਹਨਾਂ ਦਿਨਾਂ 'ਚ ਆ ਚੁੱਕੇ ਆ ਕਿਸਾਨੀ ਮੁੱਦੇ ਨੂੰ ਲੈ ਕੇ, ਤੇ ਵਧੀਆ ਗੱਲ ਆ। ਮੇਰੀ ਹੱਥ ਜੋੜ ਕੇ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਹੁਣ ਕਿਸਾਨ ਦਾ ਇਹੋ ਅਕਸ਼ ਆਪਾਂ ਲੋਕਾਂ ਸਾਹਮਣੇ ਪੇਸ਼ ਕਰਨਾ, ਉਹਦਾ ਚੱਕ ਦਿਓ, ਵੜ ਦਿਓ, ਮਾਰ ਦਿਓ, ਉਹ ਅਕਸ਼ ਸਹੀ ਨਹੀਂ ਹੈਗਾ, ਉਹ ਗਲਤ ਵਾ। ਆਹ ਪੇਸ਼ ਕਰੀਏ ਤਾਂ ਕਿ ਪਤਾ ਲੱਗੇ ਕਿਸਾਨ ਕਿੱਦਾਂ ਲੜਦਾ ਵਾ, ਉਹ ਅੰਨਦਾਤਾ ਜਿਹੜਾ ਦਿਨ ਰਾਤ ਮਿਹਨਤ ਕਰਦਾ, ਤੇ ਅੱਜ ਵੇਖੋ ਕਿੱਦਾਂ ਸੜਕਾਂ ਤੇ ਬੈਠਾ ਆਪਣੇ ਹੱਕ ਲੈਣ ਵਾਸਤੇ। ਆਓ ਜਾਗੀਏ ਤੇ ਆਪਣੇ ਧੜਿਆਂ ਤੋਂ ਉੱਪਰ ਉੱਠ ਕੇ ਇਸ ਅੰਦੋਲਨ ਦੇ ਵਿੱਚ ਆਪਾਂ ਸਾਰੇ ਸਾਥ ਦਈਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।